एमएलए साहब पहला तो थोड़े अपने ही पिता ने तुहाड़ी जित दे लई बड़ा आड़ी चुट्टी का जोर लाया, हुण तुसीं उह मुल्ल मोड़ रहे हो इस चोण विच। जिथे दी मेरी गल है, सुल्तानपुर के लोगों ने मैनूं आजाद चुनिया, वह भी पिता जी का। ਤੁਹਾਨੂੰ ਕਾਂਗਰਸ ਦਾ ਸਮਝੀਏ ਆਜ਼ਾਦ ਸਮਝੀਏ ਕੀ ਸਮਝੀਏ? ਤਾਂ ਰਾਣਾ ਜੀ ਦਾ ਬੇਟਾ ਜਿੱਧਰ ਬਜ਼ੁਰਗ ਹੋਣਗੇ ਉਹਨਾਂ ਦੇ ਮਗਰ। ਜਿੱਥੇ ਦੀ ਸ਼ਾਹਕੋਟ ਦੀ ਗੱਲ, ਰਾਣਾ ਜੀ ਸਾਰੇ ਹਲਕਿਆਂ ਦੇ ਇੰਚਾਰਜ ਨੇ, ਹਰਦੇਵ ਸਿੰਘ ਲਾਡੀ ਜੀ ਪਰਿਵਾਰ ਦੇ ਮੈਂਬਰ, ਅਤੇ ਡਟ ਕੇ ਮੈਂ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਆਪਦੀ ਇਲੈਕਸ਼ਨ ਸਮਝ ਕੇ ਕੰਮ ਕਰ। ਇੱਦਾਂ ਕਰਕੇ ਵੀ ਉਹਨਾਂ ਨੂੰ ਇੰਚਾਰਜ ਕਾਂਗਰਸ ਪਾਰਟੀ ਨੇ ਬਣਾ ਦਿੱਤਾ ਇਸ ਕਰਕੇ ਜਾਂ ਵਜ੍ਹਾ ਹੋਰ? ਮੈਂ ਵਜ੍ਹਾ ਲਾਡੀ ਭਾਅ ਜੀ ਕਰਕੇ, ਕਾਂਗਰਸ ਪਾਰਟੀ ਕਰਕੇ ਇੱਕ ਚੀਜ਼ ਹੈ ਲੈਦਾ ਉਹਨਾਂ ਨੇ ਇੰਚਾਰਜ ਬਣਾ ਦਿੱਤਾ, ਪਰ ਜੇ ਮੈਂ ਇੱਥੇ ਟਾਈਮ ਲਾ ਰਿਹਾ ਉਹ ਸਿਰਫ ਅਤੇ ਸਿਰਫ ਹਰਦੇਵ ਸਿੰਘ ਲਾਡੀ ਜੀ ਦਾ। ਤੁਹਾਡਾ ਕਿਤੇ ਦਬਕਾ ਇੰਨਾ ਤਾਂ ਨਹੀਂ ਇਲਾਕੇ ਦੇ ਵਿੱਚ ਕਿ ਤੁਹਾਡੇ ਤੋਂ ਲੋਕ ਵੋਟਰ ਹੀ ਡਰ ਜਾਂਦੇ ਆ, ਸਹਿਮ ਜਾਂਦੇ ਆ ਕਿ ਯਾਰ ਇਹਨਾਂ ਤੋਂ ਪਾਸੇ ਚਲੇ ਗਏ ਕੱਲ੍ਹ ਨੂੰ ਸਾਨੂੰ ਭੁਗਤਣੀਆਂ ਨਾ ਪੈ ਜਾਣ? ਰਾਣਾ ਜੀ ਦੀ ਗੱਲ ਕਰਾਂ ਅਤੇ ਆਪਣੀ ਗੱਲ ਕਰਾਂ, ਨਾ ਇਹਨਾਂ ਨੇ ਆਪਣੇ ਇਲਾਕੇ 'ਚ ਕਦੇ ਕਿਸੇ ਨੂੰ ਦਬਕਾ ਮਾਰਿਆ, ਅਤੇ ਮੇਰਾ ਤਾਂ ਸੁਭਾਅ ਹੈ ਹੀ ਨਹੀਂ ਦਬਕਿਆਂ ਵਾਲਾ। ਤੁਹਾਡੇ ਆਪਣੇ ਹੀ ਆਪਣੇ ਪਰਿਵਾਰ ਦੇ ਵਿੱਚੋਂ ਕਹਿੰਦੇ ਵਿਕਟ ਡੇਗ ਦਿੱਤੀ ਐਸੀ ਭਗਵੰਤ ਮਾਨ ਸਾਹਿਬ ਨੇ? ਤੁਸੀਂ ਜਿੰਨੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਕੀਤੀ ਨਾ, ਜੇ ਨਾਂ ਦੇ ਅੱਗੇ ਉਹ ਰਾਣਾ ਹਟਾ ਦਈਏ ਅਤੇ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਏ ਅਤੇ ਫਿਰ ਉਹ ਤੁਹਾਡਾ ਸਾਥੀ ਬੜਾ ਕਰੀਬੀ, ਉਹ ਵੀ ਤੁਸੀਂ ਪਰਿਵਾਰ ਦਾ ਮੈਂਬਰ ਸਮਝਦੇ ਰਹੇ, ਉਹ ਤਾਂ ਅਗਲਿਆਂ ਨੇ ਉਮੀਦਵਾਰ ਬਣਾ ਲਿਆ ਸੁਸ਼ੀਲ ਰਿੰਕੂ, ਸਾਰੇ ਤੁਹਾਡੇ ਨਾਲ ਟੁੱਟਦੇ ਜਾਂਦੇ ਆ। ਸਾਰੇ ਪੈਂਤਰੇ ਸਿਖਾਏ, ਪਰ ਇਹ ਖੱਬੇ ਸੱਜੇ ਭੱਜਣ ਵਾਲਾ ਪੈਂਤਰਾ ਨਹੀਂ ਸਿਖਾਇਆ ਉਹਨਾਂ। ਇਹਨਾਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਹੋ ਤੁਹਾਨੂੰ ਕੋਈ ਸਵਾਲ ਵੀ ਕਰਦਾ ਹੋਏਗਾ, ਜੀ ਕਾਂਗਰਸ ਵੱਲੋਂ ਤੁਸੀਂ ਆਏ ਹੋ, ਤੁਸੀਂ ਤਾਂ ਆਜ਼ਾਦ ਲੜੇ ਸੀ। ਇਸ਼ੂ ਸਿਰਫ ਹਰਦੇਵ ਸਿੰਘ ਲਾਡੀ ਦੀ ਸਪੋਰਟ, ਕਿਉਂਕਿ ਜਿੱਦਣ ਰਾਣਾ ਜੀ 2004 'ਚ ਇੱਥੇ MP ਲੜਨ ਆਏ ਸੀ ਨਾ, ਉਦੋਂ ਇਹਨਾਂ ਪਰਿਵਾਰਾਂ ਨੇ ਪਾਰਟੀਆਂ ਛੱਡ ਕੇ ਅਤੇ ਰਾਣਾ ਗੁਰਜੀਤ ਸਿੰਘ ਦੀ ਮਦਦ ਕੀਤੀ ਸੀ, ਅਤੇ ਉਹਨਾਂ ਨੂੰ ਜਲੰਧਰ ਤੋਂ MP ਜਿਤਾਉਣ ਦੇ ਵਿੱਚ 2 ਪੈਸੇ 1 ਪੈਸੇ 5 ਪੈਸੇ ਯੋਗਦਾਨ ਸੀ। ਟਿਕਟਾਂ ਤੋਂ ਬਿਨਾਂ ਹੀ ਚੰਗੇ ਆ, ਇਹਦਾ ਮਤਲਬ ਪਾਰਟੀਆਂ ਪਿਆਰੀਆਂ ਨਹੀਂ, ਟਿਕਟ ਪਿਆਰੀ ਹੈ। ਮੈਂ ਤਾਂ ਟਿਕਟ ਹੀ ਨਹੀਂ ਲਈ, ਮੈਨੂੰ ਨਾ ਟਿਕਟ ਦਿੱਤੀ ਅਤੇ ਆਪਾਂ ਯਾਦ ਲੜ ਪਏ। ਲੋਕਾਂ ਦਾ ਪਿਆਰ ਚਾਹੀਦਾ, ਟਿਕਟ ਮੈਟਰ ਨਹੀਂ ਕਰਦੀ। ਕਈਆਂ ਨੂੰ ਟਿਕਟਾਂ ਵੀ ਮਿਲੀਆਂ ਪਰ ਰਹਿ ਗਏ, ਜਿੱਥੇ ਜਿੱਥੇ ਲੋਕਾਂ ਦਾ ਪਿਆਰ ਰਿਹਾ ਉੱਥੇ ਉੱਥੇ ਕੰਮ ਸਪੂਰ। ਪੰਜਾਬ ਦੇ ਇਕਲੌਤੇ ਆਜ਼ਾਦ ਉਮੀਦਵਾਰ ਵਜੋਂ ਜਿੱਤਣ ਵਾਲੇ ਇੱਕੋ ਇੱਕ MLA ਨੇ ਜਿਹੜੇ ਵਿਧਾਨ ਸਭਾ ਦੀਆਂ ਪੌੜੀਆਂ ਪਹਿਲੀ ਵਾਰ ਚੜ੍ਹੇ, ਔਰ ਕਿਹਦੀ ਬਦੌਲਤ ਚੜ੍ਹੇ, ਕਿਵੇਂ ਚੜ੍ਹੇ ਤੁਸੀਂ ਸਾਰੇ ਜਾਣਦੇ ਹੋਵੋਗੇ। ਮੈਂ ਗੱਲ ਕਰ ਰਿਹਾ MLA ਰਾਣਾ ਇੰਦਰ ਪ੍ਰਤਾਪ ਸਿੰਘ ਦੀ। ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਇਸ ਵਾਰ ਉਹ ਕਾਂਗਰਸ ਲਈ ਜ਼ੋਰ ਲਾ ਰਹੇ ਆ ਲੋਕ ਸਭਾ ਜ਼ਿਮਣੀ ਚੋਣ ਦੇ ਲਈ, ਇਹ ਮਾਜਰਾ ਕੀ ਹੈ ਸਾਰੀਆਂ ਗੱਲਾਂ ਕਰਾਂਗੇ। MLA ਸਾਹਿਬ ਪਹਿਲਾਂ ਤਾਂ ਤੁਹਾਡੇ ਆਪਣੇ ਹੀ ਪਿਤਾ ਨੇ ਤੁਹਾਡੀ ਜਿੱਤ ਦੇ ਲਈ ਬੜਾ ਅੱਡੀ ਚੁੱਟੀ ਦਾ ਜ਼ੋਰ ਲਾਇਆ, ਹੁਣ ਤੁਸੀਂ ਉਹ ਮੁੱਲ ਮੋੜ ਰਹੇ ਹੋ ਇਸ ਚੋਣ ਵਿੱਚ, ਤੁਹਾਨੂੰ ਕਾਂਗਰਸ ਦਾ ਸਮਝੀਏ ਆਜ਼ਾਦ ਸਮਝੀਏ ਕੀ ਸਮਝੀਏ? ਮੈਂ ਤਾਂ ਰਾਣਾ ਜੀ ਦਾ ਬੇਟਾ, ਜਿੱਧਰ ਬਜ਼ੁਰਗ ਹੋਣਗੇ ਉਹਨਾਂ ਦੇ ਮਗਰ, ਅਤੇ ਜਿੱਥੇ ਦੀ ਮੇਰੀ ਗੱਲ ਹੈ, ਸੁਲਤਾਨਪੁਰ ਦੇ ਲੋਕਾਂ ਨੇ ਮੈਨੂੰ ਆਜ਼ਾਦ ਚੁਣਿਆ, ਉਹ ਵੀ ਪਿਤਾ ਜੀ ਕਰਕੇ। ਉਹਨਾਂ ਦਾ ਬੜਾ ਵੱਡਾ ਰੋਲ ਰਿਹਾ ਇਲਾਕੇ 'ਚ, ਰਾਣਾ ਨਾਂ ਲੱਗਦਾ ਸੀ, ਉਹਨਾਂ ਨੇ ਨਾਂ ਚਮਕਾਇਆ, ਉਹਦੇ ਕਰਕੇ ਮੈਨੂੰ ਉਹਦਾ ਬੈਨੀਫਿਟ ਮਿਲਿਆ। ਜਿੱਥੇ ਦੀ ਸ਼ਾਹਕੋਟ ਦੀ ਗੱਲ ਹੈ, ਰਾਣਾ ਜੀ ਸਾਰੇ ਹਲਕਿਆਂ ਦੇ ਇੰਚਾਰਜ ਨੇ, ਅਤੇ ਹਰਦੇਵ ਸਿੰਘ ਲਾਡੀ ਜੀ ਪਰਿਵਾਰ ਦੇ ਮੈਂਬਰ ਨੇ, ਅਤੇ ਡਟ ਕੇ ਮੈਂ ਉਹਨਾਂ ਦੀ ਇਲੈਕਸ਼ਨ ਦੇ ਵਿੱਚ ਆਪਦੀ ਇਲੈਕਸ਼ਨ ਸਮਝ ਕੇ ਕੰਮ ਕਰ ਰਿਹਾ। ਇਹ ਪਿਤਾ ਕਰਕੇ ਵੀ ਉਹਨਾਂ ਨੂੰ ਇੰਚਾਰਜ ਕਾਂਗਰਸ ਪਾਰਟੀ ਨੇ ਬਣਾ ਦਿੱਤਾ ਇਸ ਕਰਕੇ ਜਾਂ ਵਜ੍ਹਾ ਹੋਰ ਹੈ? ਮੈਂ ਵਜ੍ਹਾ ਲਾਡੀ ਭਾਅ ਜੀ ਕਰਕੇ ਆ, ਕਾਂਗਰਸ ਪਾਰਟੀ ਕਰਕੇ ਇੱਕ ਚੀਜ਼ ਹੈ ਲੈਦਾ ਉਹਨਾਂ ਨੇ ਇੰਚਾਰਜ ਬਣਾ ਦਿੱਤਾ, ਪਰ ਜੇ ਮੈਂ ਇੱਥੇ ਟਾਈਮ ਲਾ ਰਿਹਾ ਉਹ ਸਿਰਫ ਅਤੇ ਸਿਰਫ ਹਰਦੇਵ ਸਿੰਘ ਲਾਡੀ ਜੀ ਕਰਕੇ। ਤੁਹਾਡੇ ਸਿਆਸੀ ਸ਼ਰੀਕ ਪਾਰਟੀ ਦੇ ਅੰਦਰ ਵੀ ਅਬਾਰ ਤਾਂ ਹੋਣੇ ਆ, ਸੁਭਾਵਿਕ ਗੱਲ ਆ। ਤੁਹਾਡਾ ਕਿਤੇ ਦਬਕਾ ਇੰਨਾ ਤਾਂ ਨਹੀਂ ਇਲਾਕੇ ਦੇ ਵਿੱਚ ਕਿ ਤੁਹਾਡੇ ਤੋਂ ਲੋਕ ਵੋਟਰ ਹੀ ਡਰ ਜਾਂਦੇ ਆ, ਸਹਿਮ ਜਾਂਦੇ ਆ ਕਿ ਯਾਰ ਇਹਨਾਂ ਤੋਂ ਪਾਸੇ ਚਲੇ ਗਏ ਕੱਲ੍ਹ ਨੂੰ ਸਾਨੂੰ ਭੁਗਤਣੀਆਂ ਨਾ ਪੈ ਜਾਣ? ਦੇਖੋ ਜਿੱਥੇ ਦੀ ਤਾਂ ਮੈਂ ਰਾਣਾ ਜੀ ਦੀ ਗੱਲ ਕਰਾਂ ਅਤੇ ਆਪਣੀ ਗੱਲ ਕਰਾਂ, ਨਾ ਇਹਨਾਂ ਨੇ ਆਪਣੇ ਇਲਾਕੇ 'ਚ ਕਦੇ ਕਿਸੇ ਨੂੰ ਦਬਕਾ ਮਾਰਿਆ, ਅਤੇ ਮੇਰਾ ਤਾਂ ਸੁਭਾਅ ਹੈ ਹੀ ਨਹੀਂ ਦਬਕਿਆਂ ਵਾਲਾ। ਅਸੀਂ ਤਾਂ ਪ੍ਰੇਮ ਅਤੇ ਪਿਆਰ ਨਾਲ ਲੋਕਾਂ ਨੂੰ ਨਾਲ ਜੋੜੀਦਾ, ਜਿਹੜੇ ਦਬਕੇ ਮਾਰਨ ਵਾਲੇ ਨੇ ਉਹ ਕਦੇ ਲੋਕਾਂ ਨੂੰ ਨਾਲ ਨਹੀਂ ਲੈ ਕੇ ਤੁਰ ਸਕਦੇ। ਮੈਂ ਤਾਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਤੁਸੀਂ ਜਿੰਨੇ ਪਰਿਵਾਰ ਦੇ ਮੈਂਬਰਾਂ ਦੀ ਗੱਲ ਕੀਤੀ ਨਾ, ਜੇ ਨਾਂ ਦੇ ਅੱਗੇ ਉਹ ਰਾਣਾ ਹਟਾ ਦਈਏ ਅਤੇ ਕੋਈ ਪਿੰਡ ਦਾ ਸਰਪੰਚ ਵੀ ਬਣ ਜਾਏ
ਤੇ ਫਿਰ ਫੜਿਆ ਜਾਵੇ। ਮੈਂ ਵੀ MLA ਨਹੀਂ ਬਣ ਸਕਦਾ ਸੀ ਜੇ ਮੇਰੇ ਨਾਂ ਦੇ ਅੱਗੇ ਰਾਣਾ ਨਾਲ ਲੱਗਿਆ ਹੁੰਦਾ। ਇਹ ਰਾਣੇ ਕਰਕੇ ਆ। ਰਾਣਾ ਦੀ ਅਹਿਮੀਅਤ ਦੱਸੀ ਹੈ ਕਿ ਰਾਣੇ ਦੇ ਨਾਂ ਨਾਲ ਜਦੋਂ ਹਟ ਜਾਂਦਾ ਕੁਝ ਰਹਿ ਨਹੀਂ ਜਾਂਦਾ, ਮਗਰ ਤੁਹਾਡੇ ਆਪਣੇ ਹੀ ਆਪਣੇ ਪਰਿਵਾਰ ਦੇ ਵਿੱਚੋਂ ਕਹਿੰਦੇ ਵਿਕਟ ਡੇਗ ਦਿੱਤੀ ਐਸੀ ਭਗਵੰਤ ਮਾਨ ਸਾਹਿਬ ਨੇ ਕਿ ਹੁਣ ਰਾਣਾ ਪਰਿਵਾਰ ਨੂੰ ਵੀ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਹਨਾਂ ਨੂੰ ਖਿੱਚ ਲਓ, ਵੋਟ ਬੈਂਕ ਬਹੁਤ ਵੱਡਾ ਆਪਣੇ ਆਪ ਹੀ ਸਾਡੇ ਵੱਲ ਆ ਜਾਣਾ। ਭਗਵੰਤ ਮਾਨ ਸਾਹਿਬ ਨੂੰ ਤਾਂ ਇਹ ਗੱਲ ਲੋਕਾਂ ਦੇ ਮਨ 'ਚ ਹੈ ਕਿ ਜਿਹਦੇ ਮਗਰ ਰਾਣਾ ਹੈ ਉਹਨੂੰ ਅਸੀਂ ਲੈ ਆਈਏ ਤਾਂ ਪਤਾ ਨਹੀਂ ਕੀ ਮਿਲ ਜਾਣਾ, ਪਰ ਲੋਕਾਂ ਨੂੰ ਇਹ ਪਤਾ ਕਿ ਰਾਣਾ ਗੁਰਜੀਤ ਸਿੰਘ ਅੱਗੇ ਹੀ ਲੱਗਦਾ, ਉਹਨਾਂ ਦੀ ਛਤਰਛਾਇਆ ਕਰਕੇ ਹੀ ਸਾਰਾ ਕੁਛ ਹੈ। ਜੇ ਉਹ ਸਿਆਸਤ 'ਚ ਨਾ ਹੁੰਦੇ ਤਾਂ ਸਾਨੂੰ ਕੋਈ ਪੁੱਛ ਲੈਂਦਾ? ਮੈਨੂੰ ਇਹ ਦੱਸੋ ਗੱਲ, 2004 ਦੀ ਇਲੈਕਸ਼ਨ 'ਚ ਇੱਥੇ ਕੰਮ ਕੀਤਾ ਤਾਂ ਲੋਕ ਜਾਣੇ ਰਾਣਾ ਗੁਰਜੀਤ ਸਿੰਘ ਕਰਕੇ, ਅਤੇ ਅੱਜ ਵੀ ਰਾਣਾ ਗੁਰਜੀਤ ਸਿੰਘ ਕਰਕੇ ਹੀ ਲੋਕ ਸਾਰੇ ਜਾਣਦੇ। ਇੱਕ ਹੋਰ ਤੁਹਾਡਾ ਸਾਥੀ ਬੜਾ ਕਰੀਬੀ, ਉਹ ਵੀ ਤੁਸੀਂ ਪਰਿਵਾਰ ਦਾ ਮੈਂਬਰ ਸਮਝਦੇ ਰਹੇ, ਉਹ ਤਾਂ ਅਗਲਿਆਂ ਨੇ ਉਮੀਦਵਾਰ ਬਣਾ ਲਿਆ, ਸੁਸ਼ੀਲ ਰਿੰਕੂ। ਉਹ ਕਹਿੰਦੇ ਰਾਣਾ ਸਾਹਿਬ ਦਾ ਭਾਵੇਂ, ਕਿਉਂਕਿ ਉਹਨਾਂ ਦਾ ਵੀ ਅਸੀਂ ਇੰਟਰਵਿਊ ਕੀਤਾ ਤੁਹਾਡੇ ਪਿਤਾ ਸ਼੍ਰੀ ਦਾ, ਉਹ ਕਹਿੰਦੇ ਵੀ ਟ੍ਰੇਨਿੰਗ ਅਸੀਂ ਦਿੱਤੀ, ਟ੍ਰੇਨਿੰਗ ਦਿੱਤੀ ਐਸੀ ਕਿ ਅਗਲਿਆਂ ਨੇ ਗੋਦ ਲੈ ਲਿਆ। ਇਹ ਕੀ ਗੱਲ ਹੋ ਗਈ ਵੀ ਤੁਹਾਡੇ ਪਰਿਵਾਰ 'ਚ ਹੀ ਮੈਂਬਰਾਂ ਨੇ ਬਾਹਰ ਜਾਣਾ ਸੀ? ਇਹੋ ਜਿਹੀ ਕਿਹੜੀ ਤੁਸੀਂ ਹੱਲਾਸ਼ੇਰੀ ਹੱਥ ਨਹੀਂ ਰੱਖਿਆ ਉਹਨਾਂ 'ਤੇ, ਸਾਰੇ ਤੁਹਾਡੇ ਨਾਲ ਟੁੱਟਦੇ ਜਾਂਦੇ ਆ? ਦੇਖੋ, ਗੱਲ ਟੁੱਟਣ ਦੀ ਨਹੀਂ ਆ, ਗੱਲ ਜੇ ਰਿੰਕੂ ਜੀ ਦੀ ਗੱਲ ਕਰੀਏ, ਬਿਲਕੁਲ ਰਾਣਾ ਜੀ ਨੇ ਜਦੋਂ MC ਸੀ ਉਦੋਂ ਤੋਂ ਪ੍ਰੇਮ ਸੀ, MC 'ਚ ਵੀ ਮਦਦ ਕੀਤੀ, MLA ਦੀ ਟਿਕਟ ਦਵਾਉਣ 'ਚ ਵੀ ਮਦਦ ਕੀਤੀ, MLA ਬਣਾਉਣ 'ਚ ਵੀ ਮਦਦ ਕੀਤੀ, ਕੈਂਪੇਨਿੰਗ ਕੀਤੀ, ਸਾਰੇ ਪੈਂਤਰੇ ਸਿਖਾਏ, ਪਰ ਇਹ ਖੱਬੇ ਸੱਜੇ ਭੱਜਣ ਵਾਲਾ ਪੈਂਤਰਾ ਨਹੀਂ ਸਿਖਾਇਆ ਉਹਨਾਂ ਨੇ। ਉਹ ਤਾਂ ਕਾਂਗਰਸ ਵਿੱਚ ਹੁੰਦਿਆਂ ਤੁਸੀਂ ਭਾਸ਼ਣ ਸਾਰਿਆਂ ਦੇ ਯਾਦ ਹੋਣਾ, ਕਹਿੰਦੇ ਕਾਂਗਰਸ ਭਵਨ 'ਚ ਉਹਨਾਂ ਦੀਆਂ ਤਸਵੀਰਾਂ ਲੱਗਣੀਆਂ ਚਾਹੀਦੀਆਂ ਜਿਹੜੇ ਪਿੱਠ ਵਿਖਾ ਗਏ, ਜਿਹੜੇ ਗਦਾਰ ਬਣ ਗਏ, ਜਿਹੜੇ ਭਗੌੜੇ ਹੋ ਗਏ ਪਾਰਟੀ 'ਚੋਂ, ਕਹਿੰਦੇ ਉਹਦੇ ਤਸਵੀਰਾਂ ਲੱਗਣੀਆਂ ਚਾਹੀਦੀਆਂ ਗਦਾਰਾਂ ਦੀਆਂ। ਅਤੇ ਹੁਣ ਕਾਂਗਰਸ ਭਵਨ ਤੁਹਾਨੂੰ ਤਾਂ ਦੱਸਿਆ ਹੋਣਾ ਤੁਹਾਡੇ ਪਿਤਾ ਨੇ ਕਿ ਦੀਵਾਰ ਤਿਆਰ ਹੋ ਰਹੀ ਹੈ, ਕਿਹਦੀ ਕਿਹਦੀ ਫੋਟੋ ਲੱਗਣੀ ਹੈ ਉੱਥੇ? ਇਹ ਤਾਂ ਜਿੱਥੇ ਦੀ ਕਾਂਗਰਸ ਭਵਨ ਦੀ ਗੱਲ ਹੈ ਤਾਂ ਪ੍ਰਧਾਨ ਜੀ ਦੱਸਣਗੇ ਕਿਹਦੀ ਕਿਹਦੀ ਫੋਟੋ ਲੱਗੇਗੀ। ਮੈਂ ਤਾਂ ਯਾਦ ਹੀ ਹਾਂ, ਮੈਂ ਤਾਂ ਇੱਥੇ ਲਾਡੀ ਭਾਜੀ ਸ਼ੇਰਵਾਲੀ ਦੀ ਇਲੈਕਸ਼ਨ ਲਈ ਲੜਨ ਆਇਆ। ਤੁਸੀਂ ਵਾਰ ਵਾਰ ਸ਼ਾਹਕੋਟ ਇਲਾਕੇ ਦੀ ਗੱਲ ਕਰ ਰਹੇ ਹੋ, ਇਹਨਾਂ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਹੋ ਤੁਹਾਨੂੰ ਕੋਈ ਸਵਾਲ ਵੀ ਕਰਦਾ ਹੋਏਗਾ ਜੀ ਕਾਂਗਰਸ ਵੱਲੋਂ ਤੁਸੀਂ ਆਏ ਹੋ, ਤੁਸੀਂ ਤਾਂ ਆਜ਼ਾਦ ਲੜੇ ਸੀ, ਜਾਂ ਸਾਰੇ ਲੋਕਾਂ ਨੂੰ ਇੱਥੋਂ ਨੂੰ ਸਮਝ ਆ ਇਲਾਕੇ ਨੂੰ ਕਿ ਮਾਜਰਾ ਕੀ ਹੈ ਪੋਲੀਟਿਕਸ ਦਾ? ਭਾਈ, ਮੈਨੂੰ ਤਾਂ ਇਸ ਇਲੈਕਸ਼ਨ ਦਾ ਫਾਇਦਾ ਹੋ ਰਿਹਾ, ਦੋ ਕੰਮ ਕਰ ਰਿਹਾ ਮੈਂ, ਇੱਕ ਤਾਂ ਲਾਡੀ ਜੀ ਦੀ ਇਲੈਕਸ਼ਨ, ਦੂਜਾ ਜਿਹੜੇ ਪਿੰਡ ਚਲ ਜਾ ਉੱਥੇ ਮੇਰੇ ਇਲਾਕੇ ਦੀ ਰਿਸ਼ਤੇਦਾਰੀ ਆ, ਜਿਹੜੇ ਪਿੰਡ ਚਲ ਜਾ। ਸੋ ਲੋਕਾਂ ਨੂੰ ਇਹ ਕਲੈਰਿਟੀ ਆ ਹਰ ਬੰਦੇ ਨੂੰ ਕਿ ਰਾਣਾ ਗੁਰਜੀਤ ਸਿੰਘ ਸ਼ਾਹਕੋਟ ਅਸੈਂਬਲੀ ਸੀਟ ਦੇ ਉੱਤੇ ਹਰਦੇਵ ਸਿੰਘ ਲਾਡੀ ਨਾਲ ਡਟ ਕੇ ਖੜੇ ਆ, ਅਤੇ ਜੇ ਮੈਂ ਉਹਨਾਂ ਦਾ ਮੁੰਡਾ ਆ ਮੈਂ ਵੀ ਉਹਨਾਂ ਲਈ ਕੰਮ ਕਰ ਰਿਹਾ ਅਕਰੋਸ ਪਾਰਟੀ ਲਾਈਨ 'ਚ, ਪਾਰਟੀ ਨੋ ਪਾਰਟੀ ਇਸ਼ੂ ਨਹੀਂ ਆ, ਇਸ਼ੂ ਸਿਰਫ ਹਰਦੇਵ ਸਿੰਘ ਲਾਡੀ ਦੀ ਸਪੋਰਟ ਆ। ਕਿਉਂਕਿ ਜਿੱਦਣ ਰਾਣਾ ਜੀ 2004 'ਚ ਇੱਥੇ MP ਲੜਨ ਆਏ ਸੀ ਨਾ, ਉਦੋਂ ਇਹਨਾਂ ਪਰਿਵਾਰਾਂ ਨੇ ਪਾਰਟੀਆਂ ਛੱਡ ਕੇ ਅਤੇ ਰਾਣਾ ਗੁਰਜੀਤ ਸਿੰਘ ਦੀ ਮਦਦ ਕੀਤੀ ਸੀ, ਅਤੇ ਉਹਨਾਂ ਨੂੰ ਜਲੰਧਰ ਤੋਂ MP ਜਿਤਾਉਣ ਦੇ ਵਿੱਚ 2 ਪੈਸੇ 1 ਪੈਸੇ 5 ਪੈਸੇ ਯੋਗਦਾਨ ਸੀਗਾ। ਇਹ ਟਿਕਟਾਂ ਨਾਲ ਜਿਹੜੀਆਂ ਵਿਧਾਇਕੀ ਦੀਆਂ ਹੋਣ MP ਦੇ ਨਾਲ ਇੰਨਾ ਪਿਆਰ ਕਿਉਂ ਸਿਆਸਤਦਾਨਾਂ ਨੂੰ? ਜੇ ਟਿਕਟ ਨਹੀਂ ਪਾਰਟੀ 'ਚ ਮਿਲਦੀ, ਕਹਿੰਦੇ ਅਸੀਂ ਤਾਂ ਆਪਣੇ ਬਲਬੂਤੇ 'ਤੇ ਲੜ ਲਾਂਗੇ, ਟਿਕਟਾਂ ਤੋਂ ਬਿਨਾਂ ਹੀ ਚੰਗੇ ਆ, ਇਹਦਾ ਮਤਲਬ ਪਾਰਟੀਆਂ ਪਿਆਰੀਆਂ ਨਹੀਂ, ਟਿਕਟ ਪਿਆਰੀ ਹੈ। ਮੈਂ ਤਾਂ ਟਿਕਟ ਹੀ ਨਹੀਂ ਲਈ, ਮੈਨੂੰ ਨਾ ਟਿਕਟ ਦਿੱਤੀ ਅਤੇ ਆਪਾਂ ਯਾਦ ਲੜ ਪਏ। ਲੋਕਾਂ ਦਾ ਪਿਆਰ ਚਾਹੀਦਾ, ਟਿਕਟ ਮੈਟਰ ਨਹੀਂ ਕਰਦੀ। ਕਈਆਂ ਨੂੰ ਟਿਕਟਾਂ ਵੀ ਮਿਲੀਆਂ ਪਰ ਰਹਿ ਗਏ, ਜਿੱਥੇ ਜਿੱਥੇ ਲੋਕਾਂ ਦਾ ਪਿਆਰ ਰਿਹਾ ਉੱਥੇ ਉੱਥੇ ਕੰਮ ਸਪੋਰਟ। ਆਉਣ ਵਾਲੇ ਸਮੇਂ 'ਚ ਸੰਭਾਵਨਾ ਬਣ ਸਕਦੀ ਹੈ ਇਸ ਇਲੈਕਸ਼ਨ ਦੇ ਨਤੀਜੇ ਕੀ ਆਉਂਦੇ ਆ ਇਹ ਤੈਅ ਕਰਨਗੇ ਤੁਹਾਡਾ ਕਾਂਗਰਸ ਦੇ ਵਿੱਚ ਐਂਟਰੀ ਦਾ, ਜਾਂ ਆਲਰੇਡੀ ਮੰਨ ਕੇ ਚੱਲਦੇ ਹੋ ਮੈਂ ਤਾਂ ਕਾਂਗਰਸ ਦਾ ਬੰਦਾ? ਰਾਣਾ ਗੁਰਜੀਤ ਸਿੰਘ ਜੀ ਦਾ ਬੇਟਾ ਜੋ ਹੁਕਮ ਕਰਨਗੇ, ਉਹਨਾਂ ਨੇ ਤਾਂ ਪਹਿਲੇ ਦਿਨ ਹੀ ਕਿਹਾ ਸੀ ਇਲੈਕਸ਼ਨ ਸੁਲਤਾਨਪੁਰ ਵਾਲੀ ਸ਼ੁਰੂ ਹੋਣ ਤੋਂ ਪਹਿਲਾਂ ਕਿ ਰਾਣਾ ਇੰਦਰ ਪ੍ਰਤਾਪ ਲੜੂਗਾ ਅਤੇ ਜਿੱਤ ਕੇ ਉਹ ਸੀਟ ਕਾਂਗਰਸ ਦੀ ਝੋਲੀ 'ਚ ਪਾਊਗਾ, ਠੀਕ ਹੈ, ਅਤੇ ਜੋ ਰਾਣਾ ਜੀ ਕਹਿਣਗੇ ਉਹ ਹੋਊਗਾ। ਜੀ, ਇੱਕ ਆਖਰੀ ਸਵਾਲ, ਗੱਲਾਂ ਤਾਂ ਬਹੁਤ ਨੇ ਕਰਨ ਵਾਲੀਆਂ, ਜਲੰਧਰ ਇਲੈਕਸ਼ਨ ਜਿਹੜੀ ਆ ਉਹ ਤੁਹਾਡੇ ਲਈ ਮਾਇਨੇ ਕੀ ਰੱਖਦੀ ਹੈ? ਕਿਵੇਂ ਨੀਂਹ ਪੱਥਰ, ਕਈ ਲੀਡਰ ਇਹਨੂੰ ਨੀਂਹ ਪੱਥਰ ਮੰਨਦੇ ਆ, ਕਹਿੰਦੇ 24 ਵਾਲੇ ਵੀ, 27 ਵਾਲੇ ਵੀ, ਸਾਰਾ ਕੁਛ ਇਹਦੇ 'ਤੇ ਨਿਰਭਰ ਕਰਦਾ, ਔਰ ਉਹ ਵੱਡੇ ਵੱਡੇ ਦਾਅਵੇ ਕਰ ਰਹੇ ਆ। ਮੁੱਖ ਮੰਤਰੀ ਸਾਹਿਬ ਰੋਡ ਸ਼ੋਅ 'ਚ ਤੁਸੀਂ ਵੀ ਕਹਿੰਦੇ ਸੁਣੇ ਹੋਣੇ, ਕਹਿੰਦੇ ਉਹਨਾਂ ਤੋਂ ਜਿਹੜਾ ਹੋਣਾ ਸੀ ਹੋ ਗਿਆ, 2022 ਦੇ ਵਿੱਚ ਇਹਨਾਂ ਨੇ ਪੈਸੇ ਵੰਡੇ, ਬਹੁਤ ਕੁਛ ਕੀਤਾ, ਉਹਨਾਂ ਤੋਂ ਉਦੋਂ ਨਹੀਂ ਕੁਛ ਬਣਿਆ, 92.5 ਜਿੱਤ ਗਏ, ਹੁਣ ਕੀ ਕਰ ਲੈਣਗੇ?
ਵੇਖੋ ਜਿੱਥੇ ਦੀ ਮੇਰੀ ਗੱਲ ਹੈ, ਮੈਂ ਤਾਂ ਯਾਰ ਇੱਕ ਆਜ਼ਾਦ ਇੰਡੀਪੈਂਡੈਂਟ ਛੋਟਾ ਜਿਹਾ MLA ਹਾਂ। ਜਿੱਥੇ ਦੀ ਮੈਨੂੰ ਮੈਂ ਨਾ ਰੱਖਦਾ, ਮੇਰੀ ਇੰਡੀਵਿਜੁਅਲ ਮੈਂ ਨਾ ਜਲੰਧਰ MP ਸੀਟ ਦੇ ਵਿੱਚੋਂ ਮੈਂ ਨਾ ਇਹ ਰੱਖਦਾ ਕਿ ਸ਼ਾਹਕੋਟ ਸੀਟ ਦੇ ਵਿੱਚ MLA ਦੀ ਪਿਛਲੀ ਇਲੈਕਸ਼ਨ ਤੋਂ ਵੱਧ ਵੋਟਾਂ ਦੇ ਨਾਲ ਹਰਦੇਵ ਸਿੰਘ ਲਾਡੀ ਜਿੱਤਣ, ਇਹ ਮੈਂ ਨਾ ਮੇਰਾ ਇਹਦੇ ਨਾਲ ਸੰਤੁਸ਼ਟੀ ਹੋ ਗਈ। ਬਹੁਤ ਸ਼ੁਕਰੀਆ, ਥੈਂਕ ਯੂ। ਇਸਨ ਸਾਡੇ ਨਾਲ ਆਜ਼ਾਦ ਵਿਧਾਇਕ ਜਿੱਤੇ ਨੇ ਜਿਹੜੇ ਇਕਲੌਤੇ ਪੰਜਾਬ ਵਿਧਾਨ ਸਭਾ ਦੇ ਇਸ ਵਾਰ 2022 ਦੀਆਂ ਚੋਣਾਂ 'ਚ। ਜਲੰਧਰ ਲੋਕ ਸਭਾ ਦੀ ਜਿਮਣੀ ਚੋਣ 'ਚ ਇਹਨਾਂ ਦਾ ਕੀ ਸਟੈਂਡ ਆ, ਇਹਨਾਂ ਨੇ ਕਲੀਅਰ ਕੀਤਾ, ਸਪਸ਼ਟ ਕੀਤਾ, ਬਹੁਤੀਆਂ ਗੱਲਾਂ ਇਹਨਾਂ ਨੇ ਆਪਣੇ ਪਿਤਾ 'ਤੇ ਜਾਂ ਆਪਣੀ ਵਿਰਾਸਤ ਦੇ ਉੱਤੇ ਆਪਣੇ ਪੁਰਖਿਆਂ 'ਤੇ ਛੱਡੀਆਂ ਨੇ। ਜਿੱਧਰ ਨੂੰ ਉਹ ਜਾਣਗੇ ਉੱਧਰ ਨੂੰ ਇਹ ਜਾਣਗੇ, ਪਾਰਟੀ ਕੋਈ ਹੋਵੇ। ਹੁਣ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਨੇ, ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ, ਆਪਣੀ ਰਾਏ ਜ਼ਰੂਰ ਕਮੈਂਟ ਬਾਕਸ ਸਾਂਝੀ ਕਰਿਓ। ਫਿਲਹਾਲ ਇਸ ਮੁਲਾਕਾਤ ਵਿੱਚ ਇੰਨਾ ਹੀ। ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਜਲੰਧਰ।